जंजीरा नाल बन्नी गई एक कुड़ी ना ता पागल है ते ना ही इसने कोई जुर्म किता है अते ना ही इसनू किसी होर वलों बन्या गया। अमृतसर दी इस कुड़ी नू इस दे परिवारक मैंबर वलों ही जंजीरा नाल बन्या गया। जानकारी मुताबिक पता लग्या कि 35 वरिया की एक कुड़ी मोहल्ले विच रहिंदे किसी नौजवान दे नाल ब्याह करवाना चाहुंदी सी ते परिवार नू शक पैदा होया कि एक कुड़ी किते उस मुंडे दे नाल भज ना जावे जिस करके उन्होंने इस नू जंजीरा नाल बन दिता। हुण किसी समाज सेवी संस्था वालों पुलिस की मदद दे नाल इस कुड़ी नू आजाद करवाया गया। सानू कुछ NGO वाले इनफॉर्मेशन आई भी इन्हों ने घर द्वारे ने बन के रखा सी तो असी साड़ी पुलिस पार्टी मौके पर गई तो इनू अपना थाने लैंदा तो पुछगिछ की गई जिन्हें दसिया भी अपना विआह करवा चाहती सी तो परंतु ये घर वाले मन नहीं सी रहे तां करके इस नू बन के रखा। सर किन्ने दिन हो गए बन्ने उन्हें? 4-5 दिन तो बन के रखा है। सर कि NGO वालों तुम्हें इनफॉर्म किया? ਸਾਡੇ ਇੱਥੇ ਦੀਪਕ ਬੱਬਰ ਜੀ ਆ NGO ਪਲਾਂਟਸ ਵਗੈਰਾ ਦੀ ਚਲਾਉਂਦੇ ਉਹਨਾਂ ਨੇ ਦੱਸਿਆ ਸੀ ਸਾਨੂੰ। ਅਤੇ ਲੜਕੀ ਦੀ ਉਮਰ ਕਿੰਨੀ ਸੀ ਅਤੇ ਮਸਲਾ ਕੀ ਹੈ? ਲੜਕੀ ਦੀ ਉਮਰ 35 ਸਾਲ ਦੇ ਕਰੀਬ ਹੈਗੀ ਹੈ ਅਤੇ ਇਹ ਲਵ ਮੈਰਿਜ ਕਰਵਾਉਣਾ ਚਾਹੁੰਦੀ ਸੀ। ਇੱਕ ਲੜਕਾ ਹੈ ਨਾਲ ਹੀ ਰਹਿੰਦਾ ਇਸ ਮੁਹੱਲੇ ਦੇ ਵਿੱਚ ਉਸ ਨਾਲ ਇਹ ਲਵ ਮੈਰਿਜ ਕਰਵਾਉਣਾ ਚਾਹੁੰਦੀ ਸੀ। ਅਤੇ ਇਹਦੇ ਪਰਿਵਾਰਿਕ ਮੈਂਬਰਾਂ ਨੇ ਬੰਦ ਕਰ? ਹਾਂਜੀ ਉਹ ਨਹੀਂ ਸੀ ਮੰਨ ਰਹੇ। ਅਤੇ ਜਦੋਂ ਲੜਕੀ ਨੂੰ ਖੋਲ੍ਹਿਆ ਉਹਦੇ ਵੱਲੋਂ ਕੀ ਕਿਹਾ ਗਿਆ? ਮੈਨੂੰ ਮਾਰਿਆ ਕੁੱਟਿਆ ਤਾਂ ਨਹੀਂ ਗਿਆ ਕੁਛ ਇਸ ਤਰ੍ਹਾਂ ਦੀ ਗੱਲ? ਨਹੀਂ ਕੋਈ ਇਸ ਤਰ੍ਹਾਂ ਦੀ ਨਹੀਂ ਕੋਈ ਗੱਲ ਕੋਈ ਇਹੋ ਇਹਨੇ ਦੱਸਿਆ ਮਤਲਬ ਮੇਰੀ ਜ਼ਬਰਦਸਤੀ ਮੈਂ ਵਿਆਹ ਕਰਵਾਉਣਾ ਚਾਹੁੰਦੀ ਸੀ ਅਤੇ ਜ਼ਬਰਦਸਤੀ ਇਹਨਾਂ ਨੇ ਮੈਨੂੰ ਬੰਦ ਕਰ ਰੱਖਿਆ। ਲੜਕੀ ਕੁਆਰੀ ਹੈ ਸਰ? ਹਾਂਜੀ ਕੁਆਰੀ। ਸਰ ਮੁੰਡਾ ਵੀ ਕੁਆਰਾ ਹੈ ਜਾਂ? ਹਾਂਜੀ ਮੁੰਡਾ ਵੀ ਕੁਆਰਾ। ਕੀ ਕਾਰਵਾਈ ਸਰ ਬਣੇਗੀ ਉਹਨਾਂ ਲੜਕੀ ਦੇ ਬਿਆਨ ਹਾਸਲ ਕਰਾਂਗੇ ਅਤੇ ਉਹਨੂੰ ਵੇਖਾਂਗੇ ਵੀ ਜੋ ਕੀ ਕਾਰਵਾਈ ਕਰਵਾਉਣਾ ਚਾਹੁੰਦੀ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਬੇਸ਼ੱਕ ਕਾਨੂੰਨ ਨੇ 18 ਵਰਿਆਂ ਤੋਂ ਬਾਅਦ ਆਪਣਾ ਹਮ ਸਫ਼ਰ ਖੁਦ ਚੁਣਨ ਦੀ ਆਜ਼ਾਦੀ ਵੀ ਦੇ ਦਿੱਤੀ ਹੈ ਪਰ ਹਾਲੇ ਵੀ ਕੁਝ ਲੋਕ ਅਜਿਹੇ ਨੇ ਜਿਹੜੇ ਪਰਿਵਾਰਕ ਭਾਵਨਾਵਾਂ ਦੇ ਵਹਿਣ ਵਿੱਚ ਬਹਿ ਕੇ ਉਹਨਾਂ ਦੀ ਇਸ ਆਜ਼ਾਦੀ ਨੂੰ ਖੋਹ ਲੈਂਦੇ ਨੇ। ਖੈਰ ਕੁੜੀ ਨੂੰ ਆਜ਼ਾਦ ਕਰਵਾ ਲਿਆ ਗਿਆ ਅਤੇ ਵਿਆਹ ਵਾਲੀ ਗੱਲ ਉਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ।